ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਤੇਜਵੰਤ ਸਿੰਘ ਚੱਬਾ। ਪੰਜਾਬੀ ਲਹਿਰ ਸਾਂਝਾ ਦੇ ਲਈ ਲੈ ਕੇ ਆਇਆ ਹਾਂ ਪ੍ਰੋਗਰਾਮ ਇਬਾਦਤ ਗਾਹਾਂ। ਦੋਸਤੋ, ਪ੍ਰੋਗਰਾਮ ਇਬਾਦਤ ਗਾਹਾਂ ਦੇ ਵਿੱਚ ਜਿਵੇਂ ਕਿ ਇਹਦੇ ਨਾਂ ਤੋਂ ਹੀ ਜ਼ਾਹਿਰ ਹੈ, ਅਸੀਂ ਉਹਨਾਂ ਜਗ੍ਹਾ ਦੀ ਗੱਲ ਕਰਦੇ ਹਾਂ, ਉਹਨਾਂ ਮਸਜਿਦਾਂ ਦੀ ਗੱਲ ਕਰਦੇ ਹਾਂ, ਉਹਨਾਂ ਇਬਾਦਤ ਗਾਹਾਂ ਦੀ ਗੱਲ ਕਰਦੇ ਹਾਂ, ਉਹਨਾਂ ਦਰਗਾਹਾਂ ਦੀ ਗੱਲ ਕਰਦੇ ਹਾਂ ਜਿੱਥੇ ਆ ਕੇ ਸਿਜਦਾ ਕੀਤਾ ਜਾਂਦਾ ਹੈ। ਅੱਲਾਹ ਦਾ ਉਹ ਘਰ, ਰੱਬ ਦਾ ਉਹ ਘਰ ਜਿੱਥੇ ਬਹਿ ਕੇ ਸਕੂਨ ਮਿਲਦਾ ਹੈ ਅਤੇ ਜਿੱਥੇ ਬਹਿ ਕੇ ਬੰਦਿਸ਼ ਕੀਤੀ ਜਾਂਦੀ ਹੈ। ਇਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਆਏ ਹਾਂ ਜੀ ਪਿੰਡ ਕਾਮਲ ਵਾਲਾ, ਜਿਹੜਾ ਕਿ ਫਿਰੋਜ਼ਪੁਰ ਦੇ ਨਜ਼ਦੀਕ ਹੈ, ਮਖੂ ਫਿਰੋਜ਼ਪੁਰ ਸੜਕ 'ਤੇ ਜਾਂਦਿਆਂ ਹੋਇਆਂ। ਔਰ ਇੱਥੇ ਇੱਕ ਸਾਨੂੰ ਦੀਦਾਰ ਹੁੰਦੇ ਨੇ ਇੱਕ ਉਸ ਮਸਜਿਦ ਦੇ, ਉਸ ਇਬਾਦਤਗਾਹ ਦੀ, ਜਿਹੜੀ ਕਿ 47 ਤੋਂ ਇੱਥੇ ਹੀ ਆਪਣੇ ਹੋਂਦ ਨੂੰ ਬਣਾ ਕੇ ਬੈਠੀ ਹੋਈ ਹੈ। ਆਓ ਵੇਖਦੇ ਹਾਂ ਮਸਜਿਦ ਦੇ ਅੰਦਰ ਕੀ ਹੈ, ਆਸੇ ਪਾਸੇ ਕੀ ਹੈ, ਔਰ ਕਿਸ ਜਗ੍ਹਾ 'ਤੇ ਅਸੀਂ ਅੱਜ ਖਲੋਤੇ ਹਾਂ, ਉੱਥੋਂ ਦਾ ਇਤਿਹਾਸ ਕੀ ਹੈ। ਜੀ ਹਾਂ, ਜੋ ਸਮਝੇ ਮਹਿਰਮ ਕਦੀ ਦਿਲ ਦੇ ਸਨ, ਹੁਣ ਜਦ ਕਦੀ ਵੀ ਮਿਲਦੇ ਹਨ ਤਲਵਾਰ ਨਾਲ, ਸੰਗੀਨ ਨਾਲ ਜਾਂ ਕਲਮ ਦੀ ਨੋਕ ਮਹੀਨ ਦੇ ਨਾਲ, ਖਿੱਚਦੇ ਇੱਕ ਲਕੀਰ ਬਰੀਕ ਜਿਹੀ ਮੇਰੇ ਦਿਲ ਵਿੱਚੋਂ ਉੱਠਦੀ ਚੀਕ ਜਿਹੀ। ਜੀ ਹਾਂ ਜਨਾਬ, ਇਹ ਉਹੀ ਉਹ ਚੀਕ ਹੈ ਜਿਹੜੀ 47 ਦੇ ਵੇਲੇ ਪੰਜਾਬ ਦੇ ਹਿੱਕ ਦੇ ਉੱਤੇ, ਛਾਤੀ ਦੇ ਉੱਤੇ ਖਿੱਚੀ ਗਈ ਸੀਗੀ। ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਬਣ ਗਿਆ, ਹੋਂਦ ਵਿੱਚ ਆ ਗਿਆ, ਅਤੇ ਇਹਦੇ ਨਾਲ ਹੀ ਵੰਡੇ ਗਏ ਸਾਡੇ ਉਹ ਧਾਰਮਿਕ ਸਥਲ, ਉਹ ਧਾਰਮਿਕ ਥਾਵਾਂ, ਉਹ ਭਾਵੇਂ ਮਸਜਿਦਾਂ ਸਨ, ਉਹ ਭਾਵੇਂ ਗੁਰਦੁਆਰੇ ਸਨ। ਖਾਸ ਕਰਕੇ ਗੱਲ ਕਰਦੇ ਹਾਂ ਉਹਨਾਂ ਧਾਰਮਿਕ ਸਥਾਨਾਂ ਦੀ, ਉਹਨਾਂ ਮਸਜਿਦਾਂ ਦੀ, ਉਹਨਾਂ ਮਸੀਤਾਂ ਦੀ, ਜੋ ਪਿੰਡਾਂ ਦੇ ਵਿੱਚ ਜਾਂ ਦੂਰ ਦੁਰੇਡੇ ਥਾਵਾਂ ਦੇ ਵਿੱਚ ਰਹਿ ਗਈਆਂ, ਜਿੱਥੇ ਕਦੇ ਮੁਸਲਮਾਨਾਂ ਦੀ ਬਹੁਤ ਵਸੋਂ ਸੀ, ਪਰ ਹੌਲੇ ਹੌਲੇ ਸਮੇਂ ਦੇ ਨਾਲ ਉਹ ਵਸੋਂ ਪਾਕਿਸਤਾਨ ਹਿਜਰਤ ਕਰ ਗਈ ਅਤੇ ਪਿੱਛੇ ਸਿਰਫ ਰਹਿ ਗਿਆ ਮਸਜਿਦਾਂ ਦੇ ਖਾਲੀ ਸਥਾਨ। ਪਰ ਇਹ ਮਸਜਿਦਾਂ ਨੂੰ, ਇਹ ਇਬਾਦਤਗਾਹਾਂ ਨੂੰ ਬਹੁਤ ਹੀ ਅਦਬ ਦੇ ਨਾਲ ਸੰਭਾਲ ਕੇ ਰੱਖਿਆ ਸਾਡੇ ਉਹਨਾਂ ਲੋਕਾਂ ਨੇ ਜਿਹੜੇ ਕਿ ਉੱਥੋਂ ਦੇ ਆ ਕੇ ਵਸਨੀਕ ਬਣੇ ਜਾਂ ਉੱਥੋਂ ਦੇ ਪੁਰਾਣੇ ਰਹਿਣ ਵਾਲੇ ਸਨ, ਅਤੇ ਅੱਜ ਵੀ ਇਹਨਾਂ ਮਸਜਿਦਾਂ ਦੇ ਵਿੱਚ ਚਿਰਾਗ ਜਗਾਉਂਦੇ ਨੇ ਅਤੇ ਇਹ ਚਿਰਾਗ ਜਗਦੇ ਰਹਿਣਗੇ। ਆਓ ਵੇਖਦੇ ਹਾਂ ਮਸਜਿਦ ਦੇ ਅੰਦਰ ਕੀ ਹੈ, ਇਬਾਦਤਗਾਹ ਦੇ ਅੰਦਰ ਕੀ ਹੈ। ਜੋ ਸਾਨੂੰ ਪਤਾ ਲੱਗਾ ਹੈ ਕਿ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਤੁਸੀਂ ਦੇਖ ਸਕਦੇ ਹੋ ਕਿ ਸਮੇਂ ਦੇ ਮੁਤਾਬਿਕ ਇਹ ਖਰਾਬ ਨਾ ਹੋ ਜਾਵੇ, ਇਹਨੂੰ ਪੇਂਟ ਵੀ ਕੀਤਾ ਗਿਆ, ਇਹਦੇ 'ਤੇ ਜਿਹੜਾ ਹੈਗਾ ਕਲੀ ਵੀ ਕੀਤੀ ਗਈ, ਔਰ ਇਸ ਤੋਂ ਇਲਾਵਾ ਇੱਥੇ ਜਿਹੜਾ ਚਿਰਾਗ ਵੀ ਜਗਾਇਆ ਜਾਂਦਾ ਹੈ। ਆਓ ਚੱਲਦੇ ਹਾਂ, ਦੇਖਦੇ ਹਾਂ ਕਿੰਜਦਾ ਹੈ ਅੰਦਰੋਂ ਇਹ ਨਜ਼ਾਰਾ। ਜੀ ਹਾਂ, ਜਗਨ ਚਿਰਾਗ ਪੀਰਾ ਤੇਰੇ ਹਮੇਸ਼ਾ, ਅਸੀਂ ਵੇਖ ਰਹੇ ਹਾਂ ਜੀ। ਇਹ ਤੁਹਾਨੂੰ ਮੈਂ ਦਿਖਾਉਣਾ ਚਾਹਾਂਗਾ ਕਿ ਇੱਥੇ ਆਲਿਆਂ ਦੇ ਵਿੱਚ ਅੱਜ ਵੀ ਚਿਰਾਗ ਜਗਾਏ ਜਾਂਦੇ ਨੇ। ਚਾਰ ਚਿਰਾਗ ਤੇਰੇ ਬਲਣ ਹਮੇਸ਼ਾ, ਪੰਜਵਾਂ ਮੈਂ ਬਾਲਣ ਆਈ ਵੇ ਪੀਰਾ। ਜੀ ਹਾਂ, ਅਸੀਂ ਦੇਖ ਸਕਦੇ ਹਾਂ ਕਿ ਇਹ ਚਿਰਾਗ ਜਗਾਏ ਜਾਂਦੇ ਨੇ,
ਇਹ ਚਿਰਾਗਾਂ ਨੂੰ ਜਿਹੜੀ ਹੈ ਰੋਸ਼ਨੀ ਦਿੱਤੀ ਜਾਂਦੀ ਹੈ ਤਾਂ ਕਿ ਇਹ ਲਾਟ ਜਗਦੀ ਰਹੇ, ਮੱਧਮ ਨਾ ਪਵੇ। ਖਾਸ ਕਰਕੇ ਕਿਉਂਕਿ ਸਾਡੇ ਇੱਥੇ ਵੀਰਵਾਰ ਵਾਲੇ ਦਿਨ ਪਿੰਡ ਤੋਂ ਆਸੇ ਪਾਸੇ ਤੋਂ ਲੋਕ ਆ ਕੇ ਚਿਰਾਗ ਜਗਾਉਂਦੇ ਨੇ, ਸਜਦਾ ਕਰਦੇ ਨੇ, ਮੱਥਾ ਟੇਕਦੇ ਨੇ। ਔਰ ਇਹ ਤੁਸੀਂ ਜਿਵੇਂ ਦੇਖ ਰਹੇ ਹਾਂ ਅਸੀਂ ਕਿ ਹਾਲ ਕਿੱਥੇ ਬਣਿਆ ਹੋਇਆ ਹੈ। ਇੱਥੇ ਜਦ ਕਦੇ ਵੀ ਕੋਈ ਰਾਹਗੀਰ ਮੁਸਲਮਾਨ ਆਉਂਦਾ ਹੈ ਤਾਂ ਮਸਜਿਦ ਦੇ ਵਿੱਚ ਅੰਦਰ ਆ ਕੇ ਨਮਾਜ਼ ਅਦਾ ਕਰਦਾ ਹੈ ਔਰ ਬਹੁਤ ਹੀ ਸਵਾਗਤ ਕੀਤਾ ਜਾਂਦਾ ਹੈ ਉਹਦਾ। ਉਹਨੂੰ ਜਿਵੇਂ ਸਾਡੀ ਪਰੰਪਰਾ ਹੈ, ਚਾਹ ਪਾਣੀ ਪੁੱਛਿਆ ਜਾਂਦਾ ਹੈ, ਉਹਨੂੰ ਲੰਗਰ ਪਾਣੀ ਛਕਾਇਆ ਜਾਂਦਾ ਹੈ। ਇਹ ਜਿਹੜੀ ਮਸਜਿਦ ਹੈ, ਜਿਵੇਂ ਮੈਂ ਕਿ ਤੁਹਾਨੂੰ ਦੱਸ ਰਿਹਾ ਸੀਗਾ, ਇਹਦੇ ਇਤਿਹਾਸ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗਾ ਕਿ ਇਹ ਕਿਸ ਤਰ੍ਹਾਂ ਅਤੇ ਕਿਵੇਂ ਹੋਂਦ ਵਿੱਚ ਆਈ। ਅਤੇ ਆਓ ਉਸ ਇਤਿਹਾਸ ਨੂੰ ਜਾਣਨ ਤੋਂ ਪਹਿਲਾਂ ਅਸੀਂ ਮਸਜਿਦ ਦੇ ਕੁਛ ਜਿਹੜੇ ਨਜ਼ਾਰੇ, ਜਿਹੜੇ ਕੁਛ ਉਹ ਪੁਰਾਣੇ ਇਤਿਹਾਸਿਕ ਚਿੰਨ੍ਹ, ਉਹ ਪੁਰਾਣੀਆਂ ਇਤਿਹਾਸਿਕ ਦੀਵਾਰਾਂ ਦੇ ਵੀ ਦਰਸ਼ਨ ਪਹਿਲਾਂ ਕਰ ਲਈਏ। ਉਸ ਤੋਂ ਬਾਅਦ ਮੈਂ ਸਾਂਝਾ ਕਰਦਾ ਹਾਂ ਤੁਹਾਡੇ ਨਾਲ ਉਹ ਇਤਿਹਾਸ ਕਿ ਇਹ ਮਸਜਿਦ ਕਿਸ ਤਰ੍ਹਾਂ ਹੋਂਦ ਵਿੱਚ ਆਈ ਅਤੇ ਕੀ ਹੈ ਇਸ ਦਾ ਇਤਿਹਾਸ। ਸਮੇਂ ਦੀਆਂ ਗੱਲਾਂ ਨੇ, ਜਦ ਕਦੇ ਇਸ ਜਗ੍ਹਾ ਦੇ ਉੱਤੇ ਬਹੁਤ ਤਾਦਾਦ ਵਿੱਚ ਮੁਸਲਿਮ ਆਬਾਦੀ ਸੀ। ਤੁਸੀਂ ਵੇਖ ਸਕਦੇ ਹੋ ਕਿ ਮੇਰੇ ਪਿੱਛੇ ਚਿਰਾਗ ਦੀਣ ਦੀ ਹਵੇਲੀ ਅੱਜ ਵੀ ਕਾਇਮ ਹੈ, ਜਿਹਨੂੰ ਇੱਥੇ ਲੋਕਲ ਭਾਸ਼ਾ ਦੇ ਵਿੱਚ ਮਹਿਲ ਵੀ ਕਿਹਾ ਜਾਂਦਾ ਹੈ। ਔਰ ਇਹ ਚਿਰਾਗ ਦੀਣ ਉਹ ਸ਼ਖਸ ਸੀ ਜਿਹੜਾ ਕਿ ਇਸ ਪਿੰਡ ਦਾ ਇੱਕ ਬਹੁਤ ਅਮੀਰ ਰੋਬਦਾਰ ਵਿਅਕਤੀ ਸੀ। ਕਿਹਾ ਜਾਂਦਾ ਹੈ ਕਿ ਆਸੇ ਪਾਸੇ ਦੇ 10 ਪਿੰਡਾਂ ਦੇ ਵਿੱਚ ਉਹਦੀ ਜ਼ਮੀਨ ਫੈਲੀ ਹੋਈ ਸੀ। ਚਿਰਾਗ ਦੀਣ ਦੀ ਹਵੇਲੀ ਅੱਜ ਵੀ ਜਿਵੇਂ ਕਿ ਉਹਦੇ ਨਾਂ ਤੋਂ ਸਪਸ਼ਟ ਹੈ ਕਿ ਉੱਥੇ ਚਿਰਾਗ ਜਲਣ ਡੇ ਨੇ। ਔਰ ਚਿਰਾਗ ਦੀਨ ਦੇ ਪੁਰਖਾਂ ਨੇ ਇਹ ਮਸਜਿਦ ਤਾਮੀਰ ਕਰਵਾਈ ਸੀ ਇੱਥੇ ਨਮਾਜ਼ ਅਦਾ ਕਰਨ ਦੇ ਲਈ, ਔਰ ਜਿੱਥੇ ਸਮੇਂ ਤੋਂ ਸਮੇਂ ਨਮਾਜ਼ ਅਦਾ ਕਰਦੇ ਸੀ। ਆਪਣਾ ਜਦੋਂ ਤੱਕ ਪਾਕਿਸਤਾਨ ਨਹੀਂ ਬਣਿਆ ਅਤੇ ਇੱਥੇ ਰੋਜ਼ ਨਮਾਜ਼ ਅਦਾ ਕੀਤੀ ਜਾਂਦੀ ਸੀ, ਪਰ ਹੁਣ ਵੀ ਵੀਰਵਾਰ ਤਾਂ ਇੱਥੇ ਦੀਵੇ ਜਗਾਏ ਜਾਂਦੇ ਨੇ ਅਤੇ ਕੋਈ ਨਮਾਜ਼ ਅਦਾ ਕਰਨ ਆਵੇ ਅਤੇ ਉਹਨੂੰ ਨਮਾਜ਼ ਅਦਾ ਕਰਨ ਦੇ ਲਈ ਜੀ ਆਇਆਂ ਵੀ ਆਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਪਿੱਪਲ ਵੀ ਉਸੇ ਹੀ ਪੁਰਾਤਨ ਇਤਿਹਾਸ ਦੀ ਇੱਕ ਬਚੀ ਹੋਈ ਨਿਸ਼ਾਨੀ ਹੈ। ਇਹ ਪਿੱਪਲ ਬਹੁਤ ਪੁਰਾਣਾ ਇੱਥੇ ਮੌਜੂਦ ਹੈ ਔਰ ਪਿੱਪਲ ਦੇ ਨਾਲ ਅਸੀਂ ਦੇਖ ਸਕਦੇ ਹਾਂ ਇੱਕ ਛੋਟੀ ਜਿਹੀ ਖੂਹੀ ਵੀ ਹੈ ਜਿਹੜੀ ਕਿ ਰਾਹਗੀਰਾਂ ਦੇ ਲਈ ਪਾਣੀ ਪਿਲਾਉਣ ਦੇ ਕੰਮ ਆਉਂਦੀ ਸੀ। ਇਸ ਤੋਂ ਇਲਾਵਾ ਜਿਵੇਂ ਕਿ ਸਾਡੀ ਪਰੰਪਰਾ ਹੈ ਕਿ ਖੂਹੀ ਜਾਂ ਖੂਹ ਜਿੱਥੇ ਵੀ ਮਿਲਦਾ ਹੈ ਉੱਥੇ ਇਹ ਵੀ ਦੀਵਾ ਜਗਾਇਆ ਜਾਂਦਾ ਹੈ। ਸੋ ਇਹ ਅੱਜ ਗਵਾਹੀ ਭਰ ਰਹੇ ਨੇ ਉਸ ਸ਼ਾਨਮਤਾ ਇਤਿਹਾਸ ਦੀ ਕਿ ਇੱਥੇ ਕਿਸੇ ਟਾਈਮ ਦੇ ਉੱਤੇ ਕਿਸ ਤਰ੍ਹਾਂ ਰੌਣਕਾਂ ਲੱਗਦੀਆਂ ਸਨ। ਚਿਰਾਗ ਦੇਣ ਦੀ ਹਵੇਲੀ ਦੇ ਨਾਲ ਜਿਹੜੇ ਮਸਜਿਦ ਦੇ ਅਸੀਂ ਦਰਸ਼ਨ ਕੀਤੇ ਨੇ, ਸਾਡੇ ਨਾਲ ਸਰਦਾਰ ਸਾਹਿਬ ਨੇ ਜਿਹੜੇ ਕਿ ਇੱਥੇ ਦੇ ਵਸਨੀਕ ਨੇ ਇੱਥੋਂ ਦੇ, ਔਰ ਜਿਹੜੇ ਕਿ ਇੱਥੇ ਇਹਦੀ ਸੇਵਾ ਸੰਭਾਲ ਵੀ ਕਰਦੇ ਆ ਕਿ ਜਿਵੇਂ ਤੁਸੀਂ ਦੇਖਿਆ ਕਿ ਸੇਵਾ ਸੰਭਾਲ ਅਸੀਂ ਦੇਖੀ ਹੈ, ਚਿਰਾਗ ਜਗਦੇ ਨੇ। ਇਹਦੇ ਬਾਰੇ ਇਹਨਾਂ ਕੋਲੋਂ ਅਸੀਂ ਇਤਿਹਾਸ ਦੇ ਬਾਰੇ ਪੁੱਛਦੇ ਹਾਂ ਕਿ ਇਹ ਕਦੋਂ ਦੀ ਮਸਜਿਦ ਹੋਂਦ ਵਿੱਚ ਆਈਏ ਅਤੇ ਕਿਸ ਤਰ੍ਹਾਂ ਇਹਦਾ ਹੋਣ ਜਾਣਾ ਹੋਇਆ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਰ ਤੁਹਾਡਾ ਨਾਂ ਕੀ ਹੈ? ਜਸਵੰਤ। ਜਸਵੰਤ ਭਾਅ ਜੀ, ਇੱਥੋਂ ਦੀ ਕੀ ਤੁਸੀਂ ਇਤਿਹਾਸ, ਤੁਸੀਂ ਇੱਥੋਂ ਦੀ ਹੀ ਕਹਿੰਦੇ ਜਿਵੇਂ ਕਹਿੰਦੇ ਕਿ ਤੁਸੀਂ ਇੱਥੋਂ ਦੇ ਜੰਪਲ ਜੇ, ਕੀ ਤੁਸੀਂ ਆਪਣੇ ਪੁਰਖਾਂ ਦੇ ਕੋਲੋਂ ਉਹਦਾ ਇਤਿਹਾਸ ਸੁਣਿਆ? ਇਤਿਹਾਸ ਇਸ ਤਰ੍ਹਾਂ ਹੀ ਹੁਣ ਪੁਰਾਣਾ, ਤੁਹਾਨੂੰ ਪਤਾ ਵੀ ਜੋ ਮਿਲਕ ਬਣੀ ਆ ਉਸ ਰਹਿ ਕੇ ਇੱਥੇ ਰਹਿੰਦੇ ਸੀ, ਠੀਕ ਨਹੀਂ, ਇਹਦੀ ਸੰਭਾਲ ਸੰਭੂ ਕਰਦੇ ਹਾਂ। ਕਿਹਦੀ ਸੀ ਹਵੇਲੀ ਦਾ ਕੀ ਨਾਂ ਸੀ ਉਹਨਾਂ ਮੁਸਲਮਾਨ ਸੱਜਣਾਂ ਦਾ ਜਿਹੜੇ ਇੱਥੇ ਰਹਿੰਦੇ ਸੀ ਅਤੇ ਜਿਨ੍ਹਾਂ ਨੇ ਮਸਜਿਦ ਬਣਵਾਈ ਜਿਹੜੇ ਬਾਅਦ 'ਚੋਂ ਚਲੇ ਗਏ? ਉਹਦਾ ਨਾਂ ਚਿਰਾਗ ਦੀ ਲਿਖਿਆ ਹੈ, ਚਿਰਾਗ ਦੀ ਕੰਨ ਮਾਰਕ। ਦਾਦਾ ਸਾਡਾ ਜਿਹੜਾ ਨਾਮ ਸਸਰਾ ਸੀ ਉਹਨਾਂ ਭਾਈਵਾਲ ਸੀ, ਠੀਕ ਹੈ ਨਾ, ਜਦੋਂ ਚਲੇ ਗਏ ਉਸ ਬਾਅਦ ਫਿਰ ਜ਼ਮੀਨ ਦੇ ਨਾਲ ਹੀ ਅਲਾਟਮੈਂਟ ਕਰਾਏ ਆ, ਕਾਣ ਉੱਥੋਂ ਲੈ ਕੇ ਇਸਤੇਮਾਲ ਕਰ ਰਹੇ ਹਾਂ। ਇਹ ਖਾਸ ਕਰਕੇ ਜਿਹੜੀ ਪਿੱਛੇ ਮਸਜਿਦ ਹੈ ਇਹਦੇ 'ਤੇ ਤੁਸੀਂ ਕਿਸ ਤਰ੍ਹਾਂ ਇਹਦੀ ਸੰਭਾਲ ਕਰਦੇ ਹੋ?
ਕਿ ਕਿਸੇ ਟਾਈਮ 'ਤੇ ਇੱਥੇ ਕਿਵੇਂ ਰੌਣਕਾਂ ਲੱਗਦੀਆਂ ਹੋਣਗੀਆਂ ਅਤੇ ਉਸ ਡਿਉੜੀ ਦੇ ਉੱਪਰ ਵੀ ਅੱਜ ਵੀ ਲਿਖਿਆ ਹੈ ਚਿਰਾਗ ਦੇਣ ਦੀ ਹਵੇਲੀ। ਔਰ ਉਹੀ ਹਵੇਲੀ ਤੋਂ ਜੋ ਚਿਰਾਗ ਦੇਣ 'ਤੇ ਉਹਦਾ ਪਰਿਵਾਰ ਇਸ ਮਸਜਿਦ ਦੇ ਵਿੱਚ ਨਮਾਜ਼ ਪੜ੍ਹਦਾ ਹੋਏਗਾ ਜਾਂ ਇਸ ਇਲਾਕੇ ਦੇ ਹੋਰ ਜਿਹੜੇ ਮੁਸਲਮਾਨ ਭਰਾ ਭੈਣਾਂ ਇੱਥੇ ਆ ਕੇ ਅਕੀਦਾ ਕਰਦੀਆਂ ਹੋਣਗੀਆਂ ਅਤੇ ਪਰ ਉਸ ਟਾਈਮ ਨੂੰ ਅਤੇ ਅੱਜ ਬੀਤਿਆ 47 ਨੂੰ ਕਈ ਵਰੇ ਹੋ ਗਏ ਪਰ ਉਹ ਰਸਮ ਅੱਜ ਵੀ ਅਦਾ ਕੀਤੀ ਜਾ ਰਹੀ ਹੈ। ਅੱਜ ਵੀ ਇੱਥੇ ਜਿਹੜਾ ਉਸੇ ਹੀ ਅਦਬ ਦੇ ਨਾਲ ਇਹਨੂੰ ਜਿਵੇਂ ਸ਼ਿੰਗਾਰ ਕੇ ਰੱਖਿਆ ਇਹਨੂੰ ਸੰਭਾਲ ਕੇ ਰੱਖਿਆ ਇਸੇ ਤਰ੍ਹਾਂ ਹੀ ਇਨਸ਼ਾਅੱਲਾ ਇਹ ਜਿਹੜੀ ਪਰੰਪਰਾ ਚੱਲਦੀ ਰਹੇ ਔਰ ਅਸੀਂ ਉਮੀਦ ਕਰਦੇ ਹਾਂ ਇਸ ਤਰ੍ਹਾਂ ਚੱਲਦੀ ਰਹੇਗੀ। ਇਸ ਦੇ ਨਾਲ ਹੀ ਸਾਡਾ ਇਹ ਅੱਜ ਦਾ ਜਿਹੜਾ ਇਹਦਾ ਐਪੀਸੋਡ ਹੈ ਇਬਾਦਤਗਾਹ ਦਾ ਇਹ ਖਤਮ ਹੁੰਦਾ ਹੈ। ਅਗਲੀ ਵਾਰੀ ਫਿਰ ਕਿਸੇ ਨਵੀਂ ਜਗ੍ਹਾ 'ਤੇ ਕਿਸੇ ਨਵੀਂ ਇਬਾਦਤਗਾਹ 'ਤੇ ਤੁਹਾਨੂੰ ਦਰਸ਼ਨ ਕਰਾਵਾਂਗੇ।